ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਂ ਦਾ SKB ਨਿਊਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ। ਲੋ ਜੀ, ਅੱਜ ਅਸੀਂ ਪਹੁੰਚੇ ਹਾਂ ਦੀਪਕ ਵਰਮਾ ਜੀ ਕੋਲੇ, ਜੋ ਜਾਗਰਣ ਦੀ ਸੇਵਾ ਕਰ ਰਹੇ ਨੇ ਸਾਰੇ ਨੌਜਵਾਨ ਸਾਥੀ ਮਿਲ ਕੇ। ਆਓ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਕਿ ਜਾਗਰਣ ਕਦੋਂ ਦਾ। ਜੈ ਸ਼੍ਰੀ ਰਾਮ, ਜੈ ਮਾਤਾ ਜੀ ਸਾਰਿਆਂ ਨੂੰ ਅਤੇ ਸਾਡੇ ਸਾਰੇ ਭਰਾ ਜਿਹੜੇ ਕਿ ਸਿੱਧੀ ਵਿਨਾਇਕ ਸੇਵਾ ਸੋਸਾਇਟੀ ਦੇ ਸਾਰੇ ਮੈਂਬਰ ਨੇ। ਕਿੰਨੇ ਕੁ ਮੈਂਬਰ ਆ ਭਾਅ ਜੀ? ਭਾਅ ਜੀ ਸਾਡੇ ਕੋਲ ਹਾਲੇ ਤੱਕ ਤਾਂ 20-25 ਮੈਂਬਰ ਨੇ ਜਿਹੜੇ ਸਾਡਾ ਭਾਈਚਾਰੇ ਨਾਲ ਚੱਲਦੇ ਨੇ। ਅਤੇ ਮਹਾਮਾਈ ਦਾ ਜਾਗਰਣ ਪਹਿਲਾ ਵਿਸ਼ਾਲ ਜਾਗਰਣ ਸੀਗਾ ਜਿਹੜਾ ਸੰਪੰਨ ਹੋ ਗਿਆ। ਇਸ ਤੋਂ ਬਾਅਦ ਅਸੀਂ ਹਰ ਸਾਲ ਕੁਛ ਨਾ ਕੁਛ ਵਧੀਆ ਕਰਦੇ ਰਹਾਂਗੇ। ਸਿੰਗਰ ਦਾ ਕੀ ਨਾਮ ਜੀ? ਸਿੰਗਰ ਸਾਡੇ ਜਿਹੜੇ ਸਿੰਗਰ ਭਾਅ ਜੀ ਸੀਗੇ ਉਹਨਾਂ ਦਾ ਨਾਮ ਬੰਟੀ ਲਾਡਲਾ ਜੀ, ਜੋ ਕਿ ਬਹੁਤ ਹੀ ਵਧੀਆ ਮਹਾਮਾਈ ਦਾ ਗੁਣਗਾਨ ਵੀ ਕਰਦੇ ਨੇ ਅਤੇ ਜਾਗਰਣ ਵੀ ਕਰਦੇ ਨੇ। ਅਤੇ ਤੁਹਾਡੇ ਮੈਂਬਰਾਂ ਦਾ ਨਾਮ ਦੱਸੋ ਇੱਕ ਦੋ ਦਾ। ਸਾਡੇ ਮੈਂਬਰ ਦੇ ਵਿੱਚ ਸਾਡੇ ਮੁਕੇਸ਼ ਭਾਅ ਜੀ, ਸਾਡੇ ਲੱਖਾ ਭਾਅ ਜੀ, ਮਨਦੀਪ ਜੀ, ਦੀਪਕ ਵਰਮਾ ਜੀ, ਰਾਜਾ ਜੀ ਅਤੇ ਰੋਹਿਤ ਸੋਨੀ ਦੇ ਨਾਲ ਦੇ ਸਾਡੇ ਕਈ ਵੱਡੇ ਭਰਾ ਨੇ ਜਿਹੜੇ ਸਾਡੇ ਨਾਲ ਖੜ੍ਹਦੇ ਨੇ ਅਤੇ ਸਾਨੂੰ ਹੌਸਲਾ ਦਿੰਦੇ ਨੇ ਮਹਾਮਾਈ ਦਾ ਜਾਗਰਣ ਕਰਵਾਉਂਦੇ। ਕੈਸ਼ੀਅਰ ਦਾ ਕੀ ਨਾਮ? ਸਾਡੇ ਵਿੱਚ ਕੈਸ਼ੀਅਰ ਸਾਡੇ ਸਾਰੇ ਭਰਾ ਨੇ, ਮਤਲਬ ਕਿ ਜਿੰਨਾ ਵੀ ਸਾਡਾ ਖਰਚਾ ਹੁੰਦਾ ਵਾ ਅਸੀਂ ਕਰਦੇ ਹਾਂ, ਉਹ ਸਾਰੇ ਮਿਲ ਕੇ ਕਰਦੇ ਹਾਂ। ਚਲੋ, 22 ਤਰੀਕ ਨੂੰ ਜਿਹੜਾ ਰਾਮ ਮੰਦਿਰ ਨਿਰਮਾਣ ਹੋ ਜਾ ਰਿਹਾ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ, 22 ਜਨਵਰੀ ਬਹੁਤ ਵੱਡਾ ਦਿਨ ਹੈ ਸਾਡੇ ਸਾਰੇ, ਮਤਲਬ ਕਿ ਸਮਾਜ ਵਾਸਤੇ, ਸਾਡੇ ਹਿੰਦੁਸਤਾਨ ਵਾਸਤੇ, ਭਾਰਤ ਵਾਸਤੇ, ਇੰਡੀਆ ਵਾਸਤੇ, ਜੋ ਕਿਉਂਕਿ ਉਸ ਦਿਨ ਸ਼੍ਰੀ ਰਾਮ ਪ੍ਰਭੂ ਜੀ ਉਹਨਾਂ ਨੂੰ ਆਪਣਾ ਨਿਵਾਸ ਸਥਾਨ ਮਿਲੇਗਾ, ਆਪਣਾ ਮਹਿਲ ਮਿਲੇਗਾ ਜਿਹੜਾ ਕਿ ਅਯੋਧਿਆ ਦੇ ਵਿੱਚ ਹੈ। ਅਤੇ ਇਸ ਦਿਨ ਦੀ ਹਰ ਇੱਕ ਨਾਗਰਿਕ ਵਾਸੀ ਨੂੰ ਅਤੇ ਭਾਰਤ ਵਾਸੀ ਨੂੰ ਬਹੁਤ ਇਸ ਤਰ੍ਹਾਂ ਦੀ, ਮਤਲਬ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਉਸ ਦਿਨ ਦੀ। ਮੋਦੀ ਜੀ ਨੇ ਕਿਹਾ ਹੈ ਕਿ ਘਰ ਘਰ ਦੀਪਕ ਜਲਾਏ ਜਾਣ ਜੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ, ਦੀਪਕ ਵੀ ਜਲਾਏ ਜਾਣਗੇ ਅਤੇ ਦੀਵਾਲੀ ਵੀ ਮਨਾਈ ਜਾਏਗੀ, ਜੋ ਕਿ ਸਾਰਿਆਂ ਨੂੰ ਪਤਾ, ਸਾਡੇ ਭਰਾਵਾਂ ਨੂੰ ਪਤਾ ਕਿ ਅਸੀਂ ਵੀ ਸੋਚਿਆ ਸੀਗਾ ਕਿ 22 ਤਰੀਕ ਨੂੰ ਕੁਛ ਨਾ ਕੁਛ ਕਰਾਂਗੇ, ਜੋ ਕਿ ਇਤਿਹਾਸਿਕ ਦਿਨ ਦੇ ਨਾਲ ਨਾਲ ਸਾਡੀ ਵੀ ਇੱਕ ਯਾਦ ਬਣੀ ਰਹੇ। ਅਤੇ ਸਾਡੇ ਰਵੀ ਭਾਅ ਜੀ ਨੇ, ਜਿਨ੍ਹਾਂ ਨੇ 22 ਤਰੀਕ ਨੂੰ ਲੰਗਰ ਦਾ ਆਯੋਜਨ ਕੀਤਾ ਵਾ, ਅਤੇ ਬਾਕੀ ਕੁਛ ਗੱਲਾਂ ਉਹ ਤੁਹਾਡੇ ਨਾਲ ਦੱਸਣਗੇ। ਜੈ ਸ਼੍ਰੀ ਰਾਮ, ਰਵੀ ਨਾਮ। ਜੈ ਸ਼੍ਰੀ ਰਾਮ। 22 ਤਰੀਕ ਨੂੰ ਆਪੇ ਆਹੀ ਭਰਾ ਮਿਲ ਕੇ ਸਾਰੇ ਲੰਗਰ ਲਾਣਗੇ ਜੀ, ਬਾਕੀ ਮੇਨ ਮਕਸਦ ਮੇਰਾ ਹੀ ਸੀਗਾ, ਭਰਾ ਮੇਰੇ ਨਾਲ ਖੜ੍ਹੇ ਨੇ ਸਾਰੇ। ਲੰਗਰ ਦੇ ਵਿੱਚ ਕੀ ਬਣਾ ਰਹੇ ਹੋ? ਲੰਗਰ ਦੇ ਵਿੱਚ ਅਸੀਂ ਤਾਂ ਹਲੇ ਹਲਵਾ ਦੇਖ ਰਹੇ ਹਾਂ, ਬਾਕੀ ਬੇਸਣ ਦੇ ਲੱਡੂ ਵੀ ਜੇ ਹੋ ਗਿਆ ਤਾਂ ਕਰ ਲਾਂਗੇ ਜੀ। 22 ਤਰੀਕ ਕਿੰਨੇ ਵਜੇ ਲਾਉਂਗੇ ਜੀ? ਸ਼ਾਮ ਉੱਧਰ ਪੂਜਾ ਹੋਣ ਤੋਂ ਬਾਅਦ ਹੀ ਹੋਊਗਾ, 5 ਸਵੇਰੇ, ਜਿਵੇਂ ਕਿ ਜਿਵੇਂ ਮੰਦਰ ਅਯੋਧਿਆ ਦੇ ਵਿੱਚ ਰਾਮ ਮੰਦਰ ਦੀ ਸਥਾਪਨਾ ਸ਼ੁਰੂ ਹੋਏਗੀ, ਉਸ ਤਰ੍ਹਾਂ ਜਿਵੇਂ ਅਸੀਂ ਵੀ ਤਿਆਰੀ ਕੀਤੀ, 10 ਵਜੇ ਤੋਂ ਲੈ ਕੇ 12 ਵਜੇ ਤੱਕ ਅਸੀਂ ਆਪਣੀ ਪੂਰੀ ਤਿਆਰੀ ਕਰਕੇ ਜਿੰਨਾ ਵੀ ਛੋਟਾ ਮੋਟਾ ਸਾਡੇ ਵਿੱਚ ਲੰਗਰ ਚਲਾਇਆ ਜਾਏਗਾ ਸਾਡੇ ਸਾਰੇ ਭਰਾ ਮਿਲ ਕੇ ਚਲਾਉਣਗੇ। ਅਤੇ ਅਸੀਂ ਉਸ ਦਿਨ ਨੂੰ ਦੀਪਾਵਲੀ ਕਰਕੇ ਦੀਪਾਵਲੀ ਦੀ ਤਰ੍ਹਾਂ ਮਨਾਵਾਂਗੇ, ਜਿਹਦੇ ਵਿੱਚ ਅਸੀਂ ਦੀਏ ਵੀ ਜਲਾਵਾਂਗੇ ਅਤੇ ਪਟਾਕੇ ਵੀ ਜਗਾਵਾਂਗੇ। ਇਹ ਸੋਚ ਤੁਹਾਡੀ ਸੀ ਭਾਅ ਜੀ ਲੰਗਰ ਬਾਰੇ? ਹਾਂਜੀ। ਅਯੋਧਿਆ ਦੇ ਵਿੱਚ ਏਅਰਪੋਰਟ ਦਾ ਨਾਮ ਵਾਲਮੀਕਿ ਰੱਖਿਆ ਜਾ ਰਿਹਾ ਹੈ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਵਿਚਾਰ ਬਹੁਤ ਵਧੀਆ ਭਾਅ ਜੀ, ਵਾਲਮੀਕਿ ਮਹਾਰਾਜ ਦਾ ਵੀ ਨਾਮ ਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਰਾਮ ਮੰਦਰ ਜਿਹੜਾ ਅਯੋਧਿਆ ਦੇ ਵਿੱਚ ਬਣ ਰਿਹਾ ਵਾ ਸ਼੍ਰੀ ਰਾਮ ਪ੍ਰਭੂ ਜੀ ਕਰਕੇ, ਉਹਨਾਂ ਦਾ ਨਿਵਾਸ ਸਾਨੂੰ ਉਹਨੂੰ ਮਿਲ ਗਿਆ, ਜਿਹਨਾਂ ਦੇ ਉਹਨਾਂ ਦਾ ਇਤਿਹਾਸ ਲਿਖਿਆ, ਉਹਨਾਂ ਦੀ ਬਾਣੀ ਦੱਸੀ ਸ਼੍ਰੀ ਵਾਲਮੀਕਿ ਮਹਾਰਾਜ ਜੀ, ਅਤੇ ਉਹਨਾਂ ਵਾਸਤੇ ਉੱਧਰ ਦੇ ਏਅਰਪੋਰਟ ਦਾ ਨਾਮ। ਬਹੁਤ ਵਧੀਆ ਸੋਚ ਹੈ, ਮੋਦੀ ਸਾਹਿਬ ਦੀ ਬਹੁਤ ਅੱਛੀ ਸੋਚ ਹੈ। ਏਅਰਪੋਰਟ ਦਾ ਜੋ ਨਾਮ ਰੱਖਿਆ ਗਿਆ, ਮੋਦੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਮੁਬਾਰਕਾਂ ਦਊਂਗਾ ਪਹਿਲਾਂ ਤਾਂ ਮੋਦੀ ਸਾਹਿਬ ਨੂੰ ਕਿ ਜਿਹਨਾਂ ਨੇ ਅਯੋਧਿਆ 'ਚ ਇਹ ਕੰਮ ਕੀਤਾ, ਏਅਰਪੋਰਟ ਦਾ ਨਾਂ ਦਿੱਤਾ ਵਾਲਮੀਕਿ ਮਹਾਰਾਜ ਨੂੰ, ਅਤੇ ਆਪਾਂ 22 ਨੂੰ ਪੂਰਾ ਇੰਡੀਆ ਨੂੰ ਜਗਮਗਾ ਦੇਣਾ ਵਾ। ਜੈ ਸ਼੍ਰੀ ਰਾਮ, ਜੈ ਮਾਤਾ ਦੀ। ਲਓ ਜੀ, ਮੈਂ ਸਟੀਵ ਵਾਲੀ SKB ਨਿਊਜ਼ ਤੋਂ, ਜੈ ਹਿੰਦ ਜੈ ਭਾਰਤ, ਕੈਮਰਾਮੈਨ ਕੁਲਦੀਪ ਸਿੰਘ ਜੀ।